ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਮਸ਼ੀਨ ਦੀ ਮੋਢਲੀ ਜਾਣਕਾਰੀ ਪ੍ਰਾਪਤ ਕਰਾਂਗੇ ਤੇ ਜਦੋਂ ਵੀ ਆਪਾਂ ਨਾ ਬੜੇ ਚਾਅ ਦੇ ਨਾਲ ਆਪਾਂ ਸੂਟ ਸੀਣ ਲੱਗਦੇ ਆ ਤੇ ਜਦੋਂ ਆਪਣੀ ਸਲਾਈ ਦੇ ਵਿੱਚ ਨਾ ਕਰਦੇ ਕਰਦੇ ਵਿੱਚ ਇਦਾਂ ਦੀ ਮੁਸ਼ਕਲਾਂ ਨਹੀਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਬੜਾ ਮਨ ਦੁਖੀ ਹੁੰਦਾ ਵੀ ਹੁਣ ਕੀ ਕਰੀਏ ਹੁੰਦੀ ਛੋਟੀ ਜੀ ਪ੍ਰੋਬਲਮ ਆ ਪਰ ਜਦੋਂ ਉਹਦੇ ਬਾਰੇ ਨਹੀਂ ਪਤਾ ਹੁੰਦਾ ਫਿਰ ਆਪਾਂ ਨੂੰ ਬੜਾ ਮਨ ਦੁਖੀ ਹੁੰਦਾ ਵੀ ਕੀ ਕਰੀਏ ਫਿਰ ਮਨ ਖੇਚ ਜਾਂਦਾ ਆਪਣਾ ਤੇ ਇਹ ਜਿਹੀ ਨਿੱਕੇ ਨਿੱਕੇ ਆਉਣ ਵਾਲੀਆਂ ਪ੍ਰੋਬਲਮਾਂ ਮੈਂ ਤੁਹਾਨੂੰ ਦੱਸਦੀਆਂ ਜਦੋਂ ਆਪਾਂ ਇਦਾਂ ਸੂਟ ਸੀਂਦੇ ਆ ਨਾ ਇਦਾਂ ਸੀਂਦੇ ਸੀਂਦੇ ਜਦੋਂ ਸਲਾਈ ਵਧੀਆ ਚੱਲਦੀ ਹੈ ਇਦਾਂ ਦੇਖੋ ਜੇ ਵਧੀਆ ਠੀਕ ਹੋਊਗੀ ਮਸ਼ੀਨ ਫਿਰ ਆਪਣੀ ਸਲਾਈ ਵਧੀਆ ਚੱਲੂਗੀ ਤੇ ਇਦਾਂ ਸਭ ਤਾਂ ਸਲਾਈ ਦਿਖਾਉਣੀ ਹੈ ਮੈਂ ਆ ਇਦਾਂ ਜਦੋਂ ਆਪਣੀ ਸਲਾਈ ਵਧੀਆ ਠੀਕ ਚੱਲਦੀ ਹੈ ਤੇ ਫਿਰ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਜਦੋਂ ਇਧਰ ਉੱਪਰਲੀ ਸਾਈਡ ਕੱਪੜੇ ਦੇ ਨਾ ਉੱਪਰਲੀ ਸਾਈਡ ਜਦੋਂ ਇਤਾਂ ਦਾ ਧਾਗਾ ਹੋਣ ਲੱਗ ਜਵੇ ਜਦੋਂ ਚੱਲਦੇ-ਚੱਲਦੇ ਹਾਂ ਨੀਚੇ ਵਾਲਾ ਜਦੋਂ ਧਾਗਾ ਇਦਾਂ ਹੋਣ ਲੱਗ ਜੇ ਨਾ ਬੜਾ ਬੜਾ ਜਿਹਾ ਛੱਡਣ ਲੱਗ ਜਵੇ ਤੇ ਇਹ ਵਾਲਾ ਜਦੋਂ ਇਹ ਨੀਚੇ ਵਾਲਾ ਧਾਗਾ ਇਦਾਂ ਹੋਣ ਲੱਗ ਜਵੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਆਹ ਵਾਲਾ ਜਿਹੜੀ ਆਹ ਵਾਲੀ ਚੀਜ਼ ਹੁੰਦੀ ਹੈ ਨਾ ਆਪਣੀ ਮਸ਼ੀਨ ਦੀ ਆਹ ਵਾਲਾ ਇਹ ਨੂੰ ਕਾਸ ਲਵੇ ਜਦੋਂ ਇਹ ਤਾਂ ਗਾਟੇ ਲਾ ਹੁੰਦਾ ਫਿਰ ਨੀਚੇ ਇਦਾਂ ਦਾ ਹੁੰਦਾ ਵਾ ਫਿਰ ਇਦਾਂ ਦੀ ਸਲਾਈ ਜਿਹੜੀ ਹੁੰਦੀ ਹੈ ਨਾ ਇਹ ਨੀਚੇ ਵਾਲੀ ਇਹ ਇਦਾਂ ਹੋ ਜਾਂਦੀ ਆ ਤੇ ਫਿਰ ਇਦਾਂ ਖਰਾਬ ਹੋਣ ਲੱਗ ਜਾਂਦੀ ਆ ਸਲਾਈ ਨੀਚੇੋਂ ਜੇਕਰ ਉੱਪਰੋਂ ਤਾਂ ਘੱਟਲਾ ਹੋਵੇ ਜੇਕਰ ਉੱਪਰੋਂ ਤਾਂ ਗਾ ਇੱਥੋਂ ਆਹ ਵਾਲਾ ਢੱਲਾ ਹੋਵੇ ਨਾ ਇਹ ਵਾਲੀ ਤੋਂ ਨਾਟ ਕਸਣਾ ਪੈਂਦਾ ਫਿਰ ਇਹ ਆਹ ਵਾਲਾ ਤੇ ਜੇ ਇਹ ਢੱਲਾ ਹੋਵੇ ਫਿਰ نیچے ਸਲਾਈ ਇਦਾਂ ਦੀ ਜਾਂਦੀ ਆ ਤੇ ਜਦੋਂ ਫਿਰਕੀ ਦਾ ਧਾਗਾ ਢੱਲਾ ਹੋਵੇ ਫਿਰ ਉੱਪਰਲੀ ਸੀਣ ਖਰਾਬ ਹੋਣ ਲੱਗ ਜਾਂਦੀ ਆ نیچے ਵਾਲਾ ਜਦੋਂ ਫਿਰ ਇਹਦਾ ਫਿਰਕੀ ਤੇ ਇਹਦਾ ਫਿਰਕੀ ਦਾ ਧਾਗਾ ਢੱਲਾ ਹੁੰਦਾ ਤੇ ਇਹ ਫਿਰਕੀ ਦਾ ਧਾਗਾ ਜਿਹੜਾ ਆਹ ਵਾਲਾ ਨਾਟ ਆ ਇੱਥੋਂ ਕਸਿਆ ਜਾਂਦਾ ਆਹ ਵਾਲਾ ਨਾਟ ਆ ਜਿਹੜਾ ਇੱਥੇ ਨਾਟ ਹੁੰਦਾ ਵਾ ਦਿਖਾਈ ਇਹ ਦਿੰਦਾ ਨਹੀਂ ਹੈਗਾ ਇੱਥੋਂ ਆ ਦੇਖੋ ਤੁਸੀਂ ਆਪਣੀ ਫਿਰਕੀ ਦੱਬੀ ਦੇ ਦੇਖਿਓ ਇੱਥੇ ਕਿ ਕਿਹੜਾ ਆਹ ਵਾਲਾ ਨਾਟਾ ਨਾ ਇਹ ਵਾਲਾ ਕੱਸ ਕੇ ਫਿਰ ਇੱਥੋਂ ਆ ਪੱਤੀ ਢਿੱਲੀ ਹੋ ਜਾਂਦੀ ਹੈ ਤਾਂ ਵੀ ਲੂਸ ਹੋ ਜਕੇ ਤਾਂ ਗੱਲ ਲੂਸ ਹੋਣ ਲੱਗ ਜਾਂਦਾ ਤੇ ਕਈ ਵਾਰੀ ਆਪਾਂ ਜਦੋਂ ਦੇਖਦੇ ਆ ਨਾ ਤੇ ਕਈ ਵਾਰੀ ਇਦਾਂ ਪੱਤੀ ਦੇ ਵਿੱਚੋਂ ਇਧਰ ਨੂੰ ਇਧਰ ਨੂੰ ਹੋਇਆ ਪਿਆ ਹੁੰਦਾ ਤਾਂ ਕੱਢ ਕੇ ਦੇਖੋਗੇ ਨਾ ਜਦੋਂ ਡੱਬੀ ਤੁਸੀਂ ਇਹ ਨੀਚੋਂ ਇਦਾਂ ਨਾ ਇਦਾਂ ਬਾਹਰ ਨੂੰ ਆਇਆ ਪਿਆ ਹੁੰਦਾ ਧਾਗਾ ਇਦਾਂ ਫਿਰ ਵੀ ਹੋਣ ਲੱਗਦਾ ਫਿਰ ਤਾਂ ਇਹਨੂੰ ਬਸ ਜਦ ਇਹਦਾ ਸੈੱਟ ਕਰਕੇ ਜਦੋਂ ਪਾ ਇਹਦੇ ਵਿੱਚ ਦੀ ਆ ਦੇਖੋ ਜੇਕਰ ਇਦਾਂ ਆਏ ਆਏ ਆਇਆ ਹੋਵੇ ਇਦਾਂ ਆਇਆ ਹੋਈ ਫਿਰ ਇਹਨੂੰ ਆਪਾਂ ਇਦਾਂ ਕਰਕੇ ਇਹਦੇ ਵਿੱਚ ਦੀ ਜਮਨ ਘੋਨੇ ਨੇ ਇਦਾਂ ਕਰਕੇ ਪਾ ਦਾਂਗੇ ਫਿਰ ਇਦਾਂ ਹੀ ਚੱਲ ਪੂਗੀ ਜੇਕਰ ਇਥੋਂ ਪੱਤੀ ਉਹ ਢਿੱਲੀ ਹੋਈ ਪਈ ਆ ਫਿਰ ਇਹਦਾ ਹੱਥ ਨਾਟ ਕਸਣਾ ਪਊਗਾ ਆ ਵਾਲਾ ਜਿਹੜਾ ਨਾਟਾ ਫਿਰ ਇਹ ਕਸਣਾ ਪਊਗਾ ਜਨ ਕਿ ਇਹ ਜੇਕਰ ਫਿਰ ਦੱਬੀ ਦਾ ਧਾਗਾ ਢਿੱਲਾ ਹੋ ਜੇ ਫਿਰ ਕੀ ਦੱਬੀ ਦਾ ਜਦੋਂ ਧਾਗਾ ਢਿੱਲਾ ਹੋ ਜਵੇ ਲੂਜ਼ ਹੋਵੇ ਨਾ ਧਾਗਾ ਤੇ ਫਿਰ ਇਹ ਉੱਪਰ ਵਾਲੀ ਸੀਨ ਦੇ ਇਦਾਂ ਹੋਣ ਲੱਗ ਜਾਂਦਾ ਵਾ ਉੱਪਰ ਵਾਲੀ ਸੀਨ ਦੇ ਉੱਤੇ ਇਦਾਂ ਤੇ ਇਦਾਂ ਦੀ ਸਲਾਈ ਹੋਣ ਲੱਗ ਜਾਂਦੀ ਹੈ ਤੇ ਜੇਕਰ ਆ ਉੱਪਰ ਵਾਲਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਵਾ ਆ ਵਾਲਾ ਨੱਟ ਢਿੱਲਾ ਹੋਵੇ ਆ ਵਾਲਾ ਫਿਰ نیچے ਵਾਲੀ ਸਲਾਈ ਇਦਾਂ ਦੀ ਲੂਜ਼ ਜੀ ਹੋਣ ਲੱਗ ਜਾਂਦੀ ਹੈ ਬੇਕਾਰ ਜੀ ਹੋਣ ਲੱਗ ਜਾਂਦੀ ਹੈ ਸਲਾਈ ਵਧੀਆ ਨਹੀਂ ਬੱਜਦੀ ਹੈਗੀ ਤੇ ਫਿਰ ਜਦੋਂ ਟੱਪਾ ਛੱਡਣ ਲੱਗ ਜਾਂਦੀ ਆ ਟੱਪਾ ਛੱਡਦੀ ਹੋਵੇ ਫਿਰ ਆ ਵਾਲੀ ਆਪਣੀ ਜਿਹੜੀ ਸੂਈ ਪਾਈ ਹੈ ਮਸ਼ੀਨ 'ਚ ਇਹ ਵਾਲੀ ਉੱਚੀ ਹੋਵੇ ਫਿਰ ਇਹ ਟੱਪਾ ਛੱਡਦੀ ਜਾਂ ਨੀਵੀ ਹੋਵੇ ਜਾਂ ਉੱਚੀ ਹੋਵੇ ਸੈੱਟ ਨਾ ਹੋਵੇ ਸੂਈ ਤੇ ਫਿਰ ਤਾਂ ਕਰਕੇ ਇਹ ਟੱਪਾ ਛੱਡਣ ਲੱਗ ਜਾਂਦੀ ਆ ਹੁਣ ਸਮਝ ਆ ਗਈ ਨਾ ਜੇ ਜੇ ਤਾਂ ਨੀਚੇ ਵਾਲਾ ਧਾਗਾ ਜਦੋਂ ਢਿੱਲਾ ਹੋਵੇ ਫਿਰ ਡੱਬੀ ਵਿੱਚ ਡੱਬੀ ਦਾ ਧਾਗਾ ਢਿੱਲਾ ਹੋਊਗਾ ਤੇ ਜਦੋਂ ਨੀਚੇ ਹੁੰਦਾ ਹੋਵੇ ਫਿਰ ਉੱਪਰ ਵਾਲਾ ਆਹ ਵਾਲੇ ਨਟ ਦਾ ਤਾਂਗਾ ਢਿੱਲਾ ਹੁੰਦਾ ਵਾ ਇਹਨੂੰ ਨਟ ਨੂੰ ਕਸਣਾ ਵਾ ਤੇ ਜੇਕਰ ਉੱਪਰ ਇਦਾਂ ਖਰਾਬ ਹੋ ਰਹੀ ਆ ਸਲਾਈ ਫਿਰ ਆਪਾਂ ਇਹਦਾ ਡੱਬੀ ਦੇਖਣੀ ਆ ਡੱਬੀ ਦਾ ਧਾਗਾ ਸੈੱਟ ਕਰਾਂਗੇ ਆਪਾਂ ਹਾਂਜੀ ਆਹ ਆਵਲਾ ਜਿਹੜਾ ਆਵਲੀ ਆ ਇਹ ਆਪਣਾ ਇਹਦੇ ਤੋਂ ਬਫੀਆ ਵੱਡਾ ਛੋਟਾ ਹੁੰਦਾ ਇਹ ਨੂੰ ਆਪਾਂ ਜਦੋਂ ਐਦਾਂ ਢਿੱਲਾ ਕਰਕੇ ਐਦਾਂ ਤਾਂ ਚੱਕਾਂਗੇ ਤਾਂ ਵੱਡਾ ਬਫੀਆ ਸੀਣ ਜਿਹੜੀ ਬਫੀਆ ਦਾ ਸੀਣ ਦਾ ਉਹ ਵੱਡਾ ਹੋ ਜਾਂਦਾ ਤੇ ਇੱਥੇ ਜਿਹੜਾ 2 ਨੰਬਰ ਤੇ ਆਹ ਦੇਖੋ ਇੱਥੇ ਇੱਕ 2 ਨੰਬਰ ਤੇ ਆ ਇਹਦੇ ਤੇ ਬਿਲਕੁਲ ਸੈਕਟ ਮਸ਼ੀਨ ਆਪਣੀ ਸਲਾਈ ਆਊਗੀ ਤੇ ਇਹ ਨੂੰ ਜਦ ਆਪਾਂ نیچے ਕਰ ਦਾਂਗੇ ਥੋੜਾ ਜਿਹਾ ਫਿਰ ਇਹ ਤੋਂ ਬਰੀਕ ਆਊਗੀ ਤੇ ਜਦ ਆਪਾਂ ਨੂੰ ਬਿਲਕੁਲ ਥੱਲੇ ਕਰ ਦਾਂਗੇ ਤਾਂ ਫਿਰ ਬੈਕ ਮੋੜਨ ਲੱਗ ਜਾਂਦੀ ਹੈ ਸੀਨ ਇੱਥੇ ਇਸ ਲਈ ਇਸ ਨੂੰ ਆਪਾਂ 2 ਨੰਬਰ ਤੇ ਰੱਖਾਂਗੇ ਇਹਨੂੰ ਆਪਾਂ 2 ਨੰਬਰ ਤੇ ਰੱਖਾਂਗੇ 2 ਨੰਬਰ ਦੇ ਉੱਤੇ ਆਪਣੀ ਬਿਲਕੁਲ ਸੈੱਟ ਸਲਾਈ ਆਉਂਦੀ ਹੈ ਸਹੀ ਸਲਾਈ ਆਊਗੀ ਹਾਂਜੀ ਜਦੋਂ ਵੀ ਮਸ਼ੀਨ ਨੂੰ ਤੇਲ ਦੇਣਾ ਵਧੀਆ ਕੰਪਨੀ ਦਾ ਦੇਣਾ ਵਾ ਤੇ ਨਾਲ ਹੀ ਇਹਨੂੰ ਫਿਰ ਤੇਲ ਦੇ ਕੇ ਮਸ਼ੀਨ ਨੂੰ ਨਾ ਤੁੱਪੇ ਧਰ ਕੇ ਇਦਾਂ ਸਾਰੇ ਇਦਾਂ ਵਿੱਚੋਂ ਖੋਲ ਕੇ ਕੱਢ ਕੇ ਵਿੱਚੋਂ ਤੇ ਇਹਨੂੰ ਫੇਰ ਧੁੱਪ ਲਵਾ ਦੇਣੀ ਆ ਧੁੱਪੇ ਧਰ ਕੇ ਤੇਲ ਤੁਲ ਦੇ ਕੇ ਫੇਰ ਸੂਟ ਸਿਉਣਾ ਇੰਨੀ ਹੌਲੀ ਮਸ਼ੀਨ ਹੋਊਗੀ ਉਹੀ ਸੂਟ ਬਹੁਤ ਸੌਖਾ ਸੀਤਾ ਜਾਊਗਾ ਤੇ ਇਸ ਤਰ੍ਹਾਂ ਜੇਕਰ ਤੁਹਾਨੂੰ ਇਹ ਇਦਾਂ ਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਤੁਹਾਨੂੰ ਸ਼ੈਟਲ ਸਾਫ਼ ਕਰਨ ਦੀ ਵੀ ਸ਼ੈਟਲ ਸਾਫ਼ ਕਰਕੇ ਜੜਨ ਦੀ ਖੋਲਣ ਦੀ ਉਹ ਵੀ ਵੀਡੀਓ ਬਣਾ ਦੂੰਗੀ ਤੇ ਹਾਂਜੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਵੀਡੀਓ ਪਸੰਦ ਆਉਂਦੀ ਹੈ ਤਾਂ ਵੀ ਦੱਸਿਆ ਕਰੋ ਜੇਕਰ ਨਹੀਂ ਆਉਂਦੀ ਤਾਂ ਵੀ ਦੱਸਿਆ ਕਰੋ ਹਾਂਜੀ ਧੰਨਵਾਦ